ਰੁੱਖ ਵੱਢਣ ਸਮੇਂ ਡਿੱਗ ਗਿਆ ਬਿਜਲੀ ਦਾ ਖੰਭਾ, ਚਪੇਟ ਦੇ ਵਿੱਚ ਇੱਕ ਬੱਚੇ ਸਮੇਤ ਆਏ 3 ਲੋਕ। ਦੱਸ ਦਈਏ ਕਿ ਰੁੱਖ ਨੂੰ ਵੱਢਣ ਸਮੇਂ ਹਾਦਸਾ ਹੋ ਜਾਂਦਾ ਹੈ, ਜਿਸ ਨਾਲ ਇੱਕ ਬਿਜਲੀ ਦਾ ਖੰਭਾ ਡਿੱਗ ਜਾਂਦਾ ਹੈ ਅਤੇ ਹਾਦਸੇ ਦੀ ਚਪੇਟ ਦੇ ਵਿੱਚ ਇੱਕ ਬੱਚਾ ਵੀ ਆ ਜਾਂਦਾ ਹੈ ਅਤੇ ਇਸ ਦੇ ਨਾਲ 2 ਹੋਰ ਲੋਕ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ, ਜਿਸ ਵਿੱਚ ਇੱਕ ਸ਼ਖਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਰੁੱਖ ਵੱਢਣ ਵਾਲਾ ਠੇਕੇਦਾਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਸ ਸੰਬੰਧੀ ਲੋਕਾਂ ਨੇ ਦੱਸਿਆ ਕਿ ਐਤਵਾਰ ਦੁਪਹਿਰੇ ਠੇਕੇਦਾਰ ਰਸਤੇ 'ਤੇ ਰੁੱਖ ਵੱਢ ਰਿਹਾ ਹੁੰਦਾ ਹੈ ਅਤੇ ਜਿੱਥੇ ਘਰੇਲੂ ਬਿਜਲੀ ਦੀ ਲਾਈਨ ਵੀ ਲੰਘ ਰਹੀ ਹੁੰਦੀ ਹੈ ਅਤੇ ਵੱਢਣ ਸਮੇਂ ਰੁੱਖ ਦਾ ਇੱਕ ਹਿੱਸਾ ਟੁੱਟ ਕੇ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਜਾਂਦਾ ਹੈ, ਜਿਸ ਦਾ ਭਾਰੀ ਵਜ਼ਨ ਕਾਰਨ ਬਿਜਲੀ ਦਾ ਖੰਭਾ ਹੀ ਟੁੱਟ ਜਾਂਦਾ ਹੈ ਅਤੇ ਇਸ ਦੌਰਾਨ ਰਸਤੇ ਦੇ ਇੱਕ ਪਾਸੇ ਬੈਠੇ ਹੁੰਦੇ ਨੇ ਅਕਰਮ, ਨਾਜ਼ਰ ਅਤੇ ਕਰੀਬ 10 ਸਾਲ ਦਾ ਜੈਦ, ਜੋ ਕਿ ਇਸ ਦੀ ਚਪੇਟ ਦੇ ਵਿੱਚ ਆ ਜਾਂਦੇ ਹੈ ਅਤੇ ਹਾਦਸੇ ਤੋਂ ਬਾਅਦ ਰੁੱਖ ਵੱਢ ਰਿਹਾ ਠੇਕੇਦਾਰ ਆਪਣੇ ਮਜ਼ਦੂਰਾਂ ਸਹਿਤ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਾਂਦਾ ਹੈ, ਜਿੱਥੇ ਅਕਰਮ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅੱਗੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਘਟਨਾ ਨੂੰਹ ਦੀ ਹੈ, ਜਿੱਥੇ ਰੁੱਖ ਵੱਢਣ ਸਮੇਂ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਠੇਕੇਦਾਰਾਂ ਅਤੇ ਬਿਜਲੀ ਵਿਭਾਗ ਵੱਲੋਂ ਲਾਪਰਵਾਹੀ ਵਰਤੀ ਗਈ ਹੈ, ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ ਅਤੇ ਇਸ ਸੰਬੰਧੀ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਹਾਦਸੇ ਦੇ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ ਅਤੇ ਵੱਢਣ ਵਾਲੇ ਠੇਕੇਦਾਰ ਦੀ ਲਾਪਰਵਾਹੀ ਹੈ ਅਤੇ ਨਿਗਮ ਹੁਣ ਹੋਏ ਨੁਕਸਾਨ ਦਾ ਮੁਆਇਨਾ ਕਰ ਰਿਹਾ ਅਤੇ ਜੇਕਰ ਵਿਭਾਗ ਦੇ ਕਿਸੇ ਕਰਮਚਾਰੀ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਕਿਆ ਹਾਦਸਾ ਹੋਇਆ? ਇਸਕੀ ਡਿਟੇਲ ਬਤਾ। ਹਾਦਸਾ ਇਹ ਹੋਇਆ ਕਿ ਯਹਾਂ ਪੇੜ ਕਾਟ ਰਹੇ ਥੇ ਤੋ ਪੇੜ ਪੋਲ ਪੇ ਗਿਰਾ ਹੈ, ਪੋਲ ਟੂਟ ਕੇ ਤਬ ਇੱਕ ਅਕਰਮ ਹੈ ਉਸਕੇ ਚੋਟ ਜ਼ਿਆਦਾ ਆਈ ਹੈ, ਸੀਰੀਅਸ ਹੈ ਉਹ। ਅੱਛਾ, ਕਿਸਕੀ ਲਾਪਰਵਾਹੀ ਹੈ, ਕੈਸੇ ਹੋਇਆ? ਇਹ ਲਾਪਰਵਾਹੀ ਬਿਜਲੀ ਮਹਿਕਮੇ ਕੀ। ਕਿਆ ਲਾਈਨ ਨਹੀਂ ਕੱਟ ਗਈ ਥੀ? ਲਾਈਨ ਕੱਟ ਗਈ, 2 ਨੰਬਰ ਸੇ ਲਾਈਨ ਉਹ ਕਰ ਰੱਖੀ ਥੀ ਉਹਨੇ। ਅੱਛਾ, ਹਾਂ। ਤੋ ਜੋ ਲੋਕ ਪੇੜ ਕੱਟ ਰਹੇ ਥੇ ਵੋ ਕਹਾਂ ਗਏ? ਵੋ ਭੱਗ ਗਏ, ਜੈਸੇ ਡਾਲਾ ਟੂਟਾ ਆਦਮੀ ਕੇ ਲਗੀ ਤੋ ਭੱਗ ਗਏ ਆਪਣੇ। ਰੁੱਖ ਵੱਢਣ ਸਮੇਂ ਡਿੱਗ ਗਿਆ ਬਿਜਲੀ ਦਾ ਖੰਭਾ, ਚਪੇਟ ਦੇ ਵਿੱਚ ਇੱਕ ਬੱਚੇ ਸਮੇਤ ਆਏ 3 ਲੋਕ। ਦੱਸ ਦਈਏ ਕਿ ਰੁੱਖ ਨੂੰ ਵੱਢਣ ਸਮੇਂ ਹਾਦਸਾ ਹੋ ਜਾਂਦਾ ਹੈ, ਜਿਸ ਨਾਲ ਇੱਕ ਬਿਜਲੀ ਦਾ ਖੰਭਾ ਡਿੱਗ ਜਾਂਦਾ ਹੈ ਅਤੇ ਹਾਦਸੇ ਦੀ ਚਪੇਟ ਦੇ ਵਿੱਚ ਇੱਕ ਬੱਚਾ ਵੀ ਆ ਜਾਂਦਾ ਹੈ ਅਤੇ ਇਸ ਦੇ ਨਾਲ 2 ਹੋਰ ਲੋਕ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ, ਜਿਸ ਵਿੱਚ ਇੱਕ ਸ਼ਖਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਰੁੱਖ ਵੱਢਣ ਵਾਲਾ ਠੇਕੇਦਾਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਸ ਸੰਬੰਧੀ ਲੋਕਾਂ ਨੇ ਦੱਸਿਆ ਕਿ ਐਤਵਾਰ ਦੁਪਹਿਰੇ ਠੇਕੇਦਾਰ ਰਸਤੇ 'ਤੇ ਰੁੱਖ ਵੱਢ ਰਿਹਾ ਹੁੰਦਾ ਹੈ ਅਤੇ ਜਿੱਥੇ ਘਰੇਲੂ ਬਿਜਲੀ ਦੀ ਲਾਈਨ ਵੀ ਲੰਘ ਰਹੀ ਹੁੰਦੀ ਹੈ ਅਤੇ ਵੱਢਣ ਸਮੇਂ ਰੁੱਖ ਦਾ ਇੱਕ ਹਿੱਸਾ ਟੁੱਟ ਕੇ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਜਾਂਦਾ ਹੈ, ਜਿਸ ਦਾ ਭਾਰੀ ਵਜ਼ਨ ਕਾਰਨ ਬਿਜਲੀ ਦਾ ਖੰਭਾ ਹੀ ਟੁੱਟ ਜਾਂਦਾ ਹੈ ਅਤੇ ਇਸ ਦੌਰਾਨ ਰਸਤੇ ਦੇ ਇੱਕ ਪਾਸੇ ਬੈਠੇ ਹੁੰਦੇ ਨੇ ਅਕਰਮ, ਨਾਜ਼ਰ ਅਤੇ ਕਰੀਬ 10 ਸਾਲ ਦਾ ਜੈਦ, ਜੋ ਕਿ ਇਸ ਦੀ ਚਪੇਟ ਦੇ ਵਿੱਚ ਆ ਜਾਂਦੇ ਹੈ ਅਤੇ ਹਾਦਸੇ ਤੋਂ ਬਾਅਦ ਰੁੱਖ ਵੱਢ ਰਿਹਾ ਠੇਕੇਦਾਰ ਆਪਣੇ ਮਜ਼ਦੂਰਾਂ ਸਹਿਤ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਾਂਦਾ ਹੈ, ਜਿੱਥੇ ਅਕਰਮ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅੱਗੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਘਟਨਾ ਨੂੰਹ ਦੀ ਹੈ, ਜਿੱਥੇ ਰੁੱਖ ਵੱਢਣ ਸਮੇਂ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਠੇਕੇਦਾਰਾਂ ਅਤੇ ਬਿਜਲੀ ਵਿਭਾਗ ਵੱਲੋਂ ਲਾਪਰਵਾਹੀ ਵਰਤੀ ਗਈ ਹੈ, ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ ਅਤੇ ਇਸ ਸੰਬੰਧੀ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਹਾਦਸੇ ਦੇ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ ਅਤੇ ਵੱਢਣ ਵਾਲੇ ਠੇਕੇਦਾਰ ਦੀ ਲਾਪਰਵਾਹੀ ਹੈ ਅਤੇ ਨਿਗਮ ਹੁਣ ਹੋਏ ਨੁਕਸਾਨ ਦਾ ਮੁਆਇਨਾ ਕਰ ਰਿਹਾ ਅਤੇ ਜੇਕਰ ਵਿਭਾਗ ਦੇ ਕਿਸੇ ਕਰਮਚਾਰੀ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਕਿਆ ਹਾਦਸਾ ਹੋਇਆ, ਇਸਕੀ ਡਿਟੇਲ ਬਤਾ। ਇਹ ਹੋਇਆ ਕਿ ਯਹਾਂ ਪੇੜ ਕਾਟ ਰਹੇ ਥੇ ਤੋ ਪੇੜ ਪੋਲ ਪੇ ਗਿਰਾ ਹੈ, ਪੋਲ ਟੂਟ ਕੇ ਤਬ ਇੱਕ ਅਕਰਮ ਹੈ ਉਸਕੇ ਚੋਟ ਜ਼ਿਆਦਾ ਆਈ ਹੈ, ਸੀਰੀਅਸ ਹੈ ਉਹ। ਅੱਛਾ, ਕਿਸਕੀ ਲਾਪਰਵਾਹੀ ਹੈ, ਕੈਸੇ ਹੋਇਆ? ਇਹ ਲਾਪਰਵਾਹੀ ਬਿਜਲੀ ਮਹਿਕਮੇ ਕੀ। ਕਿਆ ਲਾਈਨ ਨਹੀਂ ਕੱਟ ਗਈ ਥੀ? ਲਾਈਨ ਕੱਟ ਗਈ, 2 ਨੰਬਰ ਸੇ ਲਾਈਨ
वो कर रखी थी उन्होंने। अच्छा हाँ, तो जो लोग पेट काट रहे थे वो कहाँ गए? वो भाग गए, वो जैसे डाला टूटा आदमी के लगी तो भाग गए अपने।